ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਨਾਲ ਜੁੜੇ ਤੁਸੀਂ ਤਾਂ ਮੈਂ ਹਾਂ ਸਰਵਣ, ਇਸ ਵਕਤ ਅੰਮ੍ਰਿਤਸਰ ਦੇ ਬੀਡੀਪੀ ਦਫ਼ਤਰ ਦੇ ਵਿੱਚ ਮੌਜੂਦ ਹਾਂ, ਜਿੱਥੇ ਪੰਚਾਇਤ ਮੈਂਬਰਾਂ ਨੂੰ ਅਤੇ ਸਰਪੰਚਾਂ ਨੂੰ ਕਾਫ਼ੀ ਦਿੱਕਤਾਂ ਦਾ ਜਿਹੜਾ ਉਹ ਕਾਗਜ਼ ਭਰਨ ਵਿੱਚ ਸਾਹਮਣਾ ਕਰਨਾ ਪੈ ਰਿਹਾ। ਤਸਵੀਰਾਂ ਜਿਹੜੀਆਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਬੀਡੀਪੀ ਦਫ਼ਤਰ ਦੇ ਬਾਹਰ ਦੀਆਂ ਨੇ। ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋਕ ਨੇ ਇੱਥੇ ਕਾਫ਼ੀ ਜਿਹੜੇ ਖੱਜਲ ਹੋ ਰਹੇ, ਕਿਉਂਕਿ ਵੋਟਰ ਸੂਚੀਆਂ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਉਹ ਸਹੀ ਨਹੀਂ ਹੈ ਔਰ ਲੋਕਾਂ ਨੂੰ ਖਾਸੀਆਂ ਦਿੱਕਤਾਂ ਜਿਹੜੀਆਂ ਨੇ ਉਹ ਆ ਰਹੀਆਂ ਹੈ। ਇਸੇ ਸ਼ਿਕਾਇਤ ਨੂੰ ਲੈ ਕੇ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਇੱਥੇ ਪਹੁੰਚੇ ਹੋਏ ਨੇ, ਗੱਲਬਾਤ ਵੀ ਕਰ ਲੈਂਦੇ ਹਾਂ। ਹਾਂਜੀ ਭਾਅ ਜੀ, ਕੀ ਨਾਮ? ਹਾਂਜੀ ਭੁਪਿੰਦਰ ਸਿੰਘ ਜੀ। ਭੁਪਿੰਦਰ ਜੀ, ਕੀ ਮੁਸ਼ਕਲ ਆ ਰਹੀ ਹੈ? ਸਾਨੂੰ ਬਹੁਤ ਵੱਡੀ ਮੁਸ਼ਕਲ ਹੈ ਜੀ। ਸਾਡੀ ਜਿਹੜੀ ਵਾਰਡ ਲਿਸਟ ਹੈ ਨਾ, ਜਿਹੜੀ ਇੱਥੇ ਲਾਈ ਹੈ, ਉਹਦੇ ਵਿੱਚ ਵਾਰਡ ਨੰਬਰ ਲਿਖਿਆ ਗਿਆ, ਉਹ ਸਾਡੇ ਕਾਫ਼ੀ ਚੇਂਜ ਕੀਤੇ ਗਏ ਨੇ। ਉਹਦੇ ਵਿੱਚ ਜਿਹੜੀ ਸਾਡੀ ਵੋਟਰ ਲਿਸਟ ਹੈ ਨਾ, ਉਹਦੇ ਨਾਲ ਮੈਚਿੰਗ ਨਹੀਂ ਹੋ ਰਹੀ। ਉਹਦੇ ਨਾਲ ਕਿਹੜੀ ਅਸੀਂ ਮੈਚ ਕਰੀਏ? ਕੋਈ ਸਾਡੇ ਨੰਬਰ ਵੋਟਾਂ ਜਿਹੜੀਆਂ ਅਸੀਂ ਮੈਂਬਰ ਬਣਾਉਣੇ ਆ, ਉਹ ਕਿਤੇ ਸੁੱਟੇ ਨੇ? ਮੇਰੀ ਖੁਦ ਘਰ ਦੀ ਵੋਟ ਕਿਤੇ ਪਾਈ ਗਈ ਹੈ, ਮੈਂ ਮੈਂਬਰ ਕਰਾਉਣਾ, ਮੈਨੂੰ ਘਰ ਦੇ ਮੇਰੇ ਵੋਟ ਨਹੀਂ ਪਾ ਸਕਦੇ। ਜੀ ਤੋਜਲਾ ਅੰਦਰ ਪਹੁੰਚੇ ਨੇ, ਅੰਦਰ ਅੰਦਰ ਜਿਹੜੀ ਆ ਉਹ ਵੀ ਦੇਖਦੇ ਹਾਂ, ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਹਾਲਾਤ ਨੇ, ਕੀ ਜਿਹੜਾ ਅਫਸਰਾਂ ਦਾ ਕਹਿਣਾ। ਪਰ ਫਿਲਹਾਲ ਤਸਵੀਰ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਅੰਦਰ ਪਹੁੰਚੇ ਹੋਏ ਆ, ਗੱਲਬਾਤ ਵੀ ਕਰਾਂਗੇ। ਪਰ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਇੱਥੇ ਪਹੁੰਚੇ ਹੋਏ ਨੇ ਆਪਣੀ ਸ਼ਿਕਾਇਤ ਲੈ ਕੇ। ਹਾਂਜੀ ਹਰਕਮਲ ਜੀ, ਉਹਨਾਂ ਨੂੰ ਕਹੋ ਜੀ ਇੱਥੇ ਬੈਠੇ ਅਸੀਂ, ਮੈਂ ਉਹਨਾਂ 'ਚ ਰੁੱਟਣਾ ਨਹੀਂ, ਇੱਥੇ ਬੈਠਾ ਬਾਹਰ, ਤੁਸੀਂ ਬੁਲਾਓ ਸੈਕਟਰੀ। ਕੋਈ ਵੀ ਆ ਜਾਂਦੀ ਹੈ ਜੀ, ਗੈਰ ਕਾਨੂੰਨੀ ਕੰਮ ਨਹੀਂ, ਬਟ ਇਹ ਕੰਮ ਜ਼ਰੂਰ ਰੱਖਾਂਗੇ ਤੁਹਾਨੂੰ ਕਿ ਜੇ ਇੱਕ ਮਿੰਟ ਜੇ ਕਾਨੂੰਨ ਆਉਂਦਾ ਆ, ਜੇ ਕਾਨੂੰਨ ਆਉਂਦਾ ਆ ਤੁਹਾਨੂੰ ਬੇਟਾ ਇੱਧਰ ਹੋ ਜਾਣ ਸਾਈਡ ਤੋਂ, ਦੇਖੋ ਥੋੜ੍ਹਾ ਕੋਈ ਬਾਹਰ ਵੀ ਹੋ ਜਾਓ, ਕੋਈ ਗੱਲ ਨਹੀਂ, ਗੱਲ ਕਰਨ ਲੈਣ ਦਿਓ ਸਾਨੂੰ, ਅਸੀਂ ਹੋਣਾ ਜ਼ਰੂਰੀ ਆ। ਜਾਂ ਕਾਨੂੰਨ ਆਉਂਦਾ ਵੋਟਾਂ ਬਣਨੀਆਂ ਨੇ, ਤੁਸੀਂ ਤਾਂ ਲਾਅ ਮੁਤਾਬਕ ਹੀ ਬਣਾਉਣੀਆਂ ਨੇ, ਅਤੇ ਜਿਹਦੀਆਂ ਕੋਈ ਬਣਨ ਵਾਲੀਆਂ ਉਹਨੂੰ ਲੜਨ ਦਾ ਮੌਕਾ ਦਿਓ, ਉਹ ਇਲੈਕਸ਼ਨ ਲੜ ਸਕੇ, ਹੋਰ ਤਾਂ ਕੁਛ ਵੀ ਨਹੀਂ ਹੈ ਜੀ ਇਹਦੇ 'ਚ। ਸਰ ਪਤਾ ਕੀ ਹੋਇਆ, ਜਦੋਂ ਵੋਟਰ ਸੂਚੀਆਂ ਅਸੀਂ ਅੱਜ ਹੀ ਲੈ ਰਹੇ ਨਾ, ਸਾਡੇ ਕੋਲ ਅੱਜ ਆਣ ਕੇ ਮਤਲਬ ਇਤਰਾਜ਼ ਕਰ ਰਹੇ, ਉਹਦੇ ਵਿੱਚ ਸਾਡੀ ਕੋਈ ਗੱਲ ਥੋੜੀ। ਬੇਟਾ ਸੀਟ ਤੋਂ ਇੱਧਰ ਆ, ਨਹੀਂ ਦੇਖੋ ਭੈਣ ਜੀ ਗੱਲ ਇਹ ਨਹੀਂ ਗੀ, ਹੁਣ ਕੁਛ ਬਣ ਜਾਣ ਕੁਛ ਰਹਿ ਜਾਣ, ਹੁਣ ਵੇਖੋ ਇੱਕ ਪਿੰਡ ਦੇ ਜਿੰਨਾ ਮੈਂਬਰ ਪਾਰਲੀਮੈਂਟ 'ਚ ਵੋਟ ਪਾਈ ਅੱਜ, ਉਹਨਾਂ ਦੀ ਪਿੰਡ 'ਚ ਵੋਟ ਹੀ ਹੈ ਨਹੀਂ, ਪਿੰਡ 'ਚ ਹੀ ਉਹ ਰਹਿਣ ਡੇ ਨੇ, ਜੱਦੀ ਪੁਸ਼ਤੀ ਕੋਈ ਬਾਹਰੋਂ ਨਹੀਂ ਆਏ, ਉਹਨਾਂ ਦੀਆਂ ਵੋਟਾਂ ਹੀ ਹੈ ਨਹੀਂ ਗੀਆਂ ਅੱਜ। ਉਹਨਾਂ ਨੂੰ ਜਸਟਿਸ ਕਿੰਨੇ ਦੇਣਾ ਸਾਨੂੰ, ਤਾਂ ਇਹ ਦੱਸ ਦਿਓ ਵੀ ਜਸਟਿਸ ਕਿਹਦੇ ਕੋਲ ਲੈਣ ਜਾਣ।
ਸਰ ਸਾਡੇ ਕਾਰਪੋਰੇਸ਼ਨ ਦੀਆਂ ਵੋਟਾਂ ਬਣ ਕੇ ਸਰਪੰਚ ਖਲੋ ਸਕਦਾ ਵਾ ਤੇ ਪਿੰਡ ਵਾਲੀਆਂ ਕੱਟੀਆਂ ਗਈਆਂ ਦੱਸੋ ਕਾਰਪੋਰੇਸ਼ਨ ਦੀ ਵੋਟ ਬਣੀ ਆ ਮੀਰਾ ਕੋਟ ਤੋਂ ਜੀ ਕਾਰਪੋਰੇਸ਼ਨ ਚੋਂ ਵੋਟ ਲੈ ਕੇ ਤੇ ਇੱਧਰ ਸਰਪੰਚ ਬਣਾਤਾ ਐਰਕਾ ਡੈਰੀ ਨੰਬਰ ਵੇਖ ਲਓ ਜਾ ਕੇ ਉਹਨੇ ਜਿਹੜੀ ਐਮ ਪੀ ਦੀ ਵੋਟ ਹੋਈ ਉਹ ਚ ਵੋਟ ਪਾਈ ਕਾਰਪੋਰੇਸ਼ਨ ਚ ਇਹ ਕੋਈ ਤਰੀਕਾ ਨਹੀਂ ਗਾ ਇਹ ਤੇ ਦੇਖੋ ਇਹਦੇ ਅਨਜਸਟਿਸ ਹੈ ਕੰਮ ਸਤਿ ਸ਼੍ਰੀ ਅਕਾਲ ਜੀ ਇੱਕ ਬੰਦੇ ਨੂੰ ਮੈਂ ਜਾ ਕੇ ਵੋਟਰ ਕਾਰਡ ਬਣਾਉਣ ਡਿਆ ਮੈਂ ਆਪ ਬਣਾਏ ਉਹਨਾਂ ਦੇ ਵੋਟਰ ਕਾਰਡ ਲਿਸਟ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਹੈਗਾ ਨਾਮੀਨੇਸ਼ਨ ਕਿੱਦਾਂ ਫਾਈਲ ਕਰੀਏ ਅਪਲੋਡ ਹੀ ਨਹੀਂ ਤੁਸੀਂ ਕੀਤੀਆਂ ਜੇ ਵੈਬਸਾਈਟ 'ਚ ਵੋਟਰ ਸੂਚੀ ਅਪਲੋਡ ਹੋਊਗੀ ਇਹਦੇ ਮੁਤਾਬਕ ਇਲੈਕਸ਼ਨ ਹੋਣੀ ਤਾਂ ਹੀ ਲੜੂਗਾ ਕੋਈ ਉਹ ਤਾਂ ਆਪਾਂ ਦਿੱਤੀਆਂ ਹੀ ਨਹੀਂ ਹੈ ਉਹ ਪਤਾ ਨਹੀਂ 23 ਵਾਲੀ ਦੇਣੀ ਕਿ 24 ਵਾਲੀ ਦੇਣੀ ਹੈ ਤੁਸੀਂ 23 ਵਾਲੀ ਦਿੱਤੀ ਹੈ ਤੁਸੀਂ 23 ਵਾਲੀ ਦਿੱਤੀ ਵੋਟਰ ਸੂਚੀ ਇੱਕ ਮਿੰਟ ਨਹੀਂ ਜੀ ਉਹ 18 'ਚ ਵੀ ਉੱਤੇ ਵੋਟਾਂ ਪਈਆਂ ਸੀ ਜਿਹੜੀ 18 ਵਾਲੀ ਆ 18 ਵਾਲੀ ਉਹਦੀ ਕੁਲਦੀਪ ਦੀ ਵੋਟ ਹੈਗੀ 18 ਵਾਲੀ 'ਚ ਇਹ 'ਚ ਕਿੱਦਾਂ ਆ ਗਈ ਜੀ ਇਹ ਤੋਂ ਪਹਿਲਾਂ ਉਹਦੀ ਉੱਧਰ ਪੈ ਰਹੀ ਹੈ ਵੋਟ ਹਾਂਜੀ 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 ਉਹਨਾਂ ਦੇ ਹੈਗੇ ਆ 9 ਪਿੰਡ ਇੱਕ ਸਰ ਉਹ ਵਿਜੇ ਗੁਪਤਾ ਸਰ ਹਾਂਜੀ ਨਹੀਂ ਵਿਜੇ ਗੁਪਤਾ ਸਰ ਉਹਨਾਂ ਦੇ 3 ਆ ਹਾਂਜੀ ਅਤੇ ਸਰ 69 ਪੰਚਾਇਤਾਂ ਹੈਗੀਆਂ ਰਮਦਾਸ ਸਰ ਦੀਆਂ ਹਾਂਜੀ ਅਤੇ ਸਰ ਹੈਗੀਆਂ 12 ਹੈਗੀਆਂ ਨੌਰਥ ਦੀਆਂ ਹਾਂਜੀ ਹੋਰ ਵਿਜੇ ਹਾਂਜੀ ਉਹਨਾਂ ਦੀ 1 ਆ ਹਾਂਜੀ ਨਹੀਂ ਸਰ ਉਹਨਾਂ ਦੀ ਕੋਈ ਨਹੀਂ ਆ ਉਹਨਾਂ ਦਾ ਮੂਦਲ ਪੇਂਟ ਸਰ ਉਹਨਾਂ ਦਾ ਮੂਦਲ ਸੀ ਆਪਾਂ ਕੱਲ੍ਹ ਉਹ ਸੋਲਵ ਕਰਦਾ ਸੀ ਸੋਰੀ ਹਾਂਜੀ ਪਠਾਨਕੋਟ ਸਰ ਉਹਨਾਂ ਦਾ ਕੋਈ ਓਬਜੈਕਸ਼ਨ ਨਹੀਂ ਆਇਆ ਆਪਾਂ ਨੂੰ ਹਾਂਜੀ ਸਰ ਮੇਰੇ ਕੋਲ ਨਾ ਆਏ ਆ ਐਮ ਪੀ ਸਾਹਿਬ ਆਏ ਆ ਔਜਲਾ ਸਾਹਿਬ ਸਰ ਤੁਹਾਡੇ ਨਾਲ ਗੱਲ ਕਰਨਗੇ ਉਹ ਹੁਣ ਕਹਿ ਰਹੇ ਸੀ ਜੀ ਉਹਨਾਂ ਨੂੰ ਬੁਲਾਓ ਸਰ ਉਹਨਾਂ ਨੂੰ ਹਾਂਜੀ ਸਰ ਕਰਵਾ ਦਾਂ ਗੱਲ ਤੁਹਾਡੀ ਹਾਂਜੀ ਸਰ ਇਸ਼ੂ ਔਰ ਸੀਟਾਂ ਦਾ ਕਰਕੇ ਆਏ ਸੀ ਵੀ ਪੰਚਾਇਤ ਸੈਕਟਰੀ ਦਫ਼ਤਰ 'ਚ ਮੌਜੂਦ ਨਹੀਂ ਸਰ ਇੱਕ ਜਿਵੇਂ ਆਪਾਂ ਉਹ ਲਿਸਟਾਂ ਦਿੱਤੀਆਂ ਨਾ ਵੋਟਰ ਸੂਚੀਆਂ ਜਿਹੜੇ ਸਰ ਤੁਸੀਂ ਤੁਹਾਡੇ ਵੱਲੋਂ ਓਬਜੈਕਸ਼ਨ ਆਏ ਸੀ ਸਾਨੂੰ ਉਹ ਤਾਂ ਸੋਲਵ ਆਪਾਂ ਕਰ ਰਹੇ ਸੀ ਉਸ ਤੋਂ ਇਲਾਵਾ ਜਿਹੜੇ ਬੰਦੇ ਆ ਰਹੇ ਸੀ ਨਾ ਉਹ ਜਾ ਕੇ ਮਤਲਬ ਕਰ ਰਹੇ ਆ ਵੀ ਸਾਡੀਆਂ ਵੋਟਾਂ ਨਹੀਂ ਬਣੀਆਂ ਅਸੀਂ ਵਿੱਚ ਕੈਂਡੀਡੇਟ ਖਲਾਉਣਾ ਨਹੀਂ ਸਰ ਹੁਣ ਨਹੀਂ ਕੋਈ ਵੀ ਹੈ ਜਿਹੜੇ ਆਏ ਸਰ ਉਹ ਆਪਾਂ ਕਰ ਰਹੇ ਹਾਂ ਜੀ
ਹਾਂਜੀ ਹਾਂਜੀ ਸਰ, ਇਸੇ ਟੌਪਿਕ 'ਤੇ ਆਪਣੀਆਂ ਪਹਿਲਾਂ ਵੀ ਗੱਲ ਹੋ ਰਹੀ ਸੀ, ਅੱਜ ਵੀ ਹੋ ਗਈ ਹੈ। ਜਿਹੜੀ ਉਹਨਾਂ ਨੇ ਕਿਹਾ ਸੀ ਉਹ ਸੋਲਵ ਆਪਾਂ ਸ਼ਾਮ ਤੱਕ ਕਰਕੇ ਹਾਂਜੀ ਆਪਣੇ ਕਰ ਦਿੰਦੇ। ਉਸ ਤੋਂ ਇਲਾਵਾ ਸਰ ਜੀ ਅੱਜ ਹਾਂਜੀ ਸਰ ਕਰ ਹੀ ਲਓਗੇ ਗੱਲ ਸਰ ਨਾਲ ਕਰਾ ਦਾ? ਹਾਂਜੀ ਬੈਠੇ ਹੋਏ ਐਸ ਡੀ ਓ ਸਰ। ਹੈਲੋ ਚਲੋ ਐਫੀਡੇਵਿਟ ਦਾ ਪ੍ਰੋਵੀਜ਼ਨ ਦਿੱਤਾ ਆ, ਬਟ ਜੇ ਕੋਈ ਚੁੱਲ੍ਹਾ ਟੈਕਸ ਲੈਣਾ ਚਾਹੁੰਦਾ ਇਹ ਇਨਕਾਰੀ ਤਾਂ ਨਹੀਂ ਨਾ ਕਰ ਸਕਦੇ ਇਸ ਗੱਲ ਤੋਂ ਸੀਟ ਤੋਂ ਗੈਰ ਹਾਜ਼ਰ ਹੋ ਕੇ? ਇਹ ਗੈਰ ਹਾਜ਼ਰ ਕਿਉਂ ਨਹੀਂ ਜੀ ਸੀਟ ਤੋਂ ਸਵੇਰ ਤੋਂ? ਪੰਚਾਇਤ ਸੈਕਟਰੀ ਕੋਈ ਵੀ ਨਹੀਂ ਗਾ, ਇੱਕ ਤਾਂ ਆਜਦਾ ਮਾੜੀ ਝਕਾਨੀ ਦੇ ਕੇ ਫਿਰ ਚਲੇ ਜਾਂਦਾ, ਮੈਨੂੰ ਕੋਈ ਕੰਮ ਪੈ ਗਿਆ ਜੀ। ਇਹਨਾਂ ਨੂੰ ਕਹੋ ਵੀ ਇਹ ਇਲੈਕਸ਼ਨ ਕਮਿਸ਼ਨ ਦਾ ਕੰਮ ਜ਼ਰੂਰੀ ਹੈ ਕਿ ਤੁਹਾਡੇ ਕੰਮ, ਤੁਹਾਡੀ ਤਾਂ ਡਿਊਟੀ ਇਸ ਵੇਲੇ ਐਜ ਏ ਇਲੈਕਸ਼ਨ ਕਮਿਸ਼ਨ ਦਾ ਪਾਰਟ ਜੇ ਤੁਸੀਂ, ਤੁਸੀਂ ਫੈਸੀਲੇਟ ਕਰਨਾ ਲੋਕਾਂ ਨੂੰ ਲੋਕਤੰਤਰ 'ਚ। ਇਹ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਸੈਕਟਰੀ ਤੁਹਾਡੇ, ਅਤੇ ਤੁਹਾਡੇ ਦੇਖੋ ਮੈਂ ਉੱਥੇ ਬੈਠਾ, ਉਹਨੂੰ ਕੋਈ ਸੈਕਟਰੀ ਆ ਕੇ ਸੀਟਾਂ 'ਤੇ ਬਹਿਣ ਤਾਂ ਮੈਂ ਤਦ ਜਾਣਾ ਇੱਥੋਂ, ਅਤੇ ਤੁਸੀਂ ਆਪ ਆਓ, ਮੈਂ ਉਹਨਾਂ 'ਚ ਉੱਠਣਾ ਨਹੀਂ ਇੱਥੋਂ ਤੁਹਾਡੇ ਬੀ ਡੀ ਦਫ਼ਤਰ। ਹਾਂ ਹਾਂ ਆਪ ਆਓ ਅਤੇ ਸੈਕਟਰੀ ਬਿਠਾਓ ਸੀਟਾਂ ਸਾਰੇ ਕੰਮ ਕਰਨ। ਸਰ ਮੰਨ ਲਓ ਜਿਹੜੀਆਂ ਇਹਨਾਂ ਵੋਟਾਂ ਕੱਟਤੀਆਂ, ਹਾਂਜੀ ਹੁਣ ਸੂਚੀ ਦਿੱਤੀ, ਇਸ ਇਹਨਾਂ ਕੋਲ 3 ਘੰਟੇ ਨਹੀਂ ਹੈਗੇ ਸਵੇਰੇ, ਇੱਕ ਸੈਕਟਰੀ ਆ ਮੇਲ ਹੁੰਦੇ ਹਨ, ਸਿਰਫ 3 ਘੰਟੇ ਜਿਹੜੀਆਂ ਕੱਟੀਆਂ ਗਈਆਂ, ਮੈਂ ਜਿੰਨੀਆਂ ਐਡ ਹੋ ਸਕਦੀਆਂ ਕਰਾ ਦੂੰਗਾ। ਜਦੋਂ MP ਇਲੈਕਸ਼ਨ 'ਚ ਉਹਨਾਂ ਵੋਟਾਂ ਪਾਈਆਂ, ਜਿਹੜੇ ਬੰਦੇ ਅੰਦਰ ਡਿਊਟੀਆਂ ਕਰ ਚੁੱਕੇ ਉਹਨਾਂ ਦੀਆਂ ਵੋਟਾਂ ਕਿੱਦਾਂ ਕੱਟੀਆਂ ਜਾ ਸਕਦੀਆਂ? ਮਸਲਾ ਇਸ ਗੱਲ ਦਾ ਆ ਕਿ ਇਹ ਜੋ ਕੁਛ ਹੋ ਰਿਹਾ ਆਫਟਰ ਕੋਈ ਨਾ ਕੋਈ ਕੋਈ ਇੰਸਟਰੂਮੈਂਟ ਕੋਈ ਤਾਂ ਜ਼ਿੰਮੇਵਾਰ ਹੋਏਗਾ, ਵੀਡੀਓ ਕਿਹਨੇ ਕਰਨਾ, ਸੈਕਟਰੀ ਨੇ ਕਰਨਾ, ਕੋਈ ਬੰਦਾ ਇਹਨੂੰ ਰਾਹ ਦੇ ਪਾਵੇ ਭਾਈ ਆਹ ਚੀਜ਼ਾਂ ਲੈ ਆਓ ਜਾਂ ਨਹੀਂ ਹੋਣੀਆਂ ਤੇ ਨੋਟਿਸ ਤੇ ਲਿਖ ਕੇ ਲਾ ਦਿਓ ਵੀ ਨਹੀਂ ਹੋਣੀਆਂ, ਸਾਨੂੰ ਪਤਾ ਲੱਗੇ। ਤੁਸੀਂ ਦੇਖ ਕੇ ਲਾ ਦਿਓ ਨੋਟਿਸ ਤੇ ਵੀ ਆਹ ਚੀਜ਼ਾਂ ਨਹੀਂ ਹੋਣ ਵਾਲੀਆਂ, ਆਪੇ ਪੜ੍ਹ ਕੇ ਵਾਪਸ ਚਲੇ ਜਾਣ ਜਾਂ ਕਾਨੂੰਨੀ ਸਹਾਇਤਾ ਲੈ ਲੈਣ ਜਾ ਕੇ ਵੀ ਆਹ ਚੀਜ਼ਾਂ ਨੇ, ਇਹ ਵੇਖ ਲੈਣ ਇਹਨਾਂ ਦੀ ਬੰਦਾ ਅੰਡਰ ਕਿ ਨਹੀਂ ਆਉਂਦਾ। ਉਹੀ ਨਾ ਤੁਸੀਂ 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 ਨੋਟਿਸ ਤੇ ਮੈਡਮ ਰਾਜਵਿੰਦਰ ਵੇਖੋ ਆਉਂਦੀ ਨਹੀਂ ਸੀਟ ਤੇ, ਇਹਨਾਂ ਕਿਉਂ ਆਉਣਾ ਹੈ? ਇਹਨਾਂ 'ਤੇ ਦਬਾਅ ਆ, ਦੇਖੋ ਇਹ ਦਬਾਅ ਸਰਕਾਰਾਂ ਦਾ ਨਾਂ ਲਈਏ ਜ਼ਿਆਦਾ ਬੈਟਰ ਹੈ, ਕਿਉਂਕਿ ਸਰਕਾਰ ਤੋਂ ਉੱਤੇ ਇਸ ਵੇਲੇ ਇਲੈਕਸ਼ਨ ਕਮਿਸ਼ਨ ਪਹਿਲੀ ਵਾਰੀ ਹੋ ਰਿਹਾ, ਕਦੀ ਨਹੀਂ ਇਲੈਕਸ਼ਨ ਲੜਨ ਦਿਓ। ਤੁਹਾਡੇ ਤਾਂ ਮੁੱਖ ਮੰਤਰੀ ਸਾਹਿਬ ਸਾਡੇ ਕਹਿ ਰਹੇ ਵੀ ਪਾਰਦਰਸ਼ਤਾ ਇਲੈਕਸ਼ਨ ਹੋਣੀ, ਆਹ ਪਾਰਦਰਸ਼ਤਾ ਇਲੈਕਸ਼ਨ ਦੇ ਵਿੱਚ ਕਿ ਤੁਹਾਡੇ ਮੁੱਖ ਮੰਤਰੀ ਸਾਹਿਬ ਕੋਈ ਬੰਦਾ ਸੀਟ 'ਤੇ ਹੀ ਨਹੀਂ ਹੈਗਾ, ਅਸੀਂ ਬਾਹਰ ਬੈਠੇ ਹਾਂ ਜੀ, ਤੁਸੀਂ ਸਾਨੂੰ ਦੱਸੋ ਜਿੰਨਾ ਚਿਰ ਉਹ ਆਉਂਦੇ ਤੁਹਾਡੇ ਸਾਨੂੰ ਦੱਸ ਦਿਓ, ਅਸੀਂ ਧਰਨਾ ਦੇਣਾ ਕੀ ਕਰਨਾ ਸੀ, ਕਿਉਂਕਿ ਅਸੀਂ ਉਹ ਲੈਣਾ ਨਹੀਂ ਗਾ ਉਹਨਾਂ ਚਿਰ। ਹਾਂ ਮੈਡਮ ਮੈਂ ਰਣਜੀਤ ਵਿਹਾਰ ਪੰਚਾਇਤ ਤੋਂ ਬਾਈਕਾਟ ਕਰਦਾ ਵੋਟ ਦਾ, ਮੈਂ ਐਲਾਨ ਕਰਦਾ ਇੱਥੇ ਮੈਂ ਬਾਈਕਾਟ ਕਰੂੰਗਾ, ਕਿਉਂਕਿ ਜਦੋਂ ਅਜੇ ਆਪਾਂ ਇਹਨਾਂ ਨੂੰ ਮੌਕਾ ਦੇ ਕੋਈ ਵਿੱਚ ਹੈਗੀ ਇਲੈਕਸ਼ਨ ਲੜ ਕੇ ਆਪਾਂ ਬੈਠੇ ਆਪਾਂ ਇੱਕਰੇ ਮੌਕਾ ਦਿਓ ਇਹਨਾਂ ਨੂੰ, ਸੈਕਟਰੀ ਤੋਂ ਪਤਾ ਕਰ ਲੈਣ ਦਿਓ, ਜੇ ਤੁਹਾਡਾ ਕੋਈ ਆਬਜੈਕਸ਼ਨ ਆਇਆ ਹੋਊਗਾ ਤੇ ਉਹ ਸੋਲਵ ਹੋ ਕੇ ਤੁਹਾਨੂੰ ਮਿਲ ਜਾਏਗਾ। ਮੈਡਮ ਮੇਰੀ ਗੱਲ ਹੋਈ ਆਪਾਂ ਵੋਟਾਂ, ਇੱਕ ਹੋਰ ਐਗਜ਼ਾਮਪਲ ਦਵਾਂ, ਵੋਟਾਂ ਕੱਟੀਆਂ ਜਾਂਦੀਆਂ ਇਲਾਕੇ ਨਹੀਂ ਕੱਟੇ ਜਾਂਦੇ, ਤੁਸੀਂ ਸਿੱਧਾ ਇਲਾਕਾ ਹੀ ਦੀਪ ਇਨਕਲੇਵ ਕੱਟਤਾ ਵਿੱਚੋਂ, ਤੁਸੀਂ ਵੀਡੀਓ ਤੁਹਾਨੂੰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਲਾਕਾ ਹੀ ਦੀਪ ਇਨਕਲੇਵ ਵਿੱਚੋਂ ਕੱਟਿਆ ਗਿਆ ਜੀ?
ਜੇਤੂ ਉੱਥੋਂ 2013 ਤੋਂ 18 ਤੱਕ ਅਸੀਂ ਜੇਤੂ ਸਰਪੰਚ ਹਾਂ। ਦੀਪ ਇਨਕਲੇਵ ਸਾਡਾ ਇਲਾਕਾ ਰਿਹਾ ਹੈ। ਵੇਖੋ ਪੰਚਾਇਤੀ ਸਰਪੰਚੀ ਲੜਨ ਵਾਲੇ ਬੰਦੇ ਨੇ ਇਲਾਕਾ ਹੀ ਕਟਵਾਤਾ ਵਿੱਚੋਂ, ਉਹਨਾਂ ਨੂੰ ਐਡੀ ਕੁ ਛੋਟੀ ਜਿਹੀ ਪੰਚਾਇਤ ਰਹਿ ਗਈ ਆ। ਜਦੋਂ ਲੋਕ ਮੇਰੇ ਕੋਲ ਆਉਂਦੇ ਆ ਉਹ ਇੱਥੇ ਆਉਂਦੇ ਆ ਅਤੇ ਇਹ ਆਉਂਦੇ ਨਵੀਂ ਬਣਾ ਲਓ। ਭਾਜੀ ਕਿੰਨੀਆਂ ਕੁ ਪੰਚਾਇਤਾਂ ਨਵੀਆਂ ਬਣ ਜਾਣ ਦੱਸੋ। ਇੱਦਾਂ ਤਾਂ ਹਰ ਕੋਈ 100 ਵੋਟ ਦੀ ਚਲੋ ਪੰਚਾਇਤ ਨਵੀਂ ਬਣਾ ਲੂਗਾ, 150 ਵੋਟ ਨਾਲੇ ਕਿਉਂ ਬਣਾਉਣ ਜਦੋਂ ਸਾਡੇ ਨਾਲ ਵਰਤਦੇ ਰਹੇ ਪਹਿਲਾਂ, ਤੁਸੀਂ ਇਲਾਕਾ ਹੀ ਘੱਟਤਾ। ਉਹ ਸਰ ਕੋਈ ਪਾਰਦਰਸ਼ਿਤਾ ਨਹੀਂ ਆ। ਇਹ ਤੋਂ ਚੰਗਾ ਸਿੱਧਾ ਹੀ ਲਿਸਟ ਲਾਉਣ ਦੇ ਬੰਦਿਆਂ ਦੀ ਕਿ ਆਹ ਸਰਪੰਚ ਜੇ ਚੁੱਪ ਕਰੇ ਘਰ ਬਹਿ ਜਾਓ। ਆ ਪਾਰਦਰਸ਼ਨ ਜਦੋਂ ਤੁਹਾਡਾ ਹੀ ਵੋਟਰ ਲਿਸਟ ਵਿੱਚ ਨਾਂ ਨਹੀਂ ਹੈਗੇ। ਸਰਕਾਰ ਆਪਣੇ ਬੰਦਿਆਂ ਨੂੰ ਧੱਕੇ ਨਾਲ ਜਿਤਾਉਣਾ ਚਾਹੁੰਦੀ ਹੈ, ਧੱਕੇ ਨਾ ਉਹਨਾਂ ਜਿਤਾ ਲੈਣੇ ਆ। ਵੇਖੋ ਇਹਦਾ ਕੋਈ ਹੱਲ ਥੋੜ੍ਹੀ ਨਿਕਲਣਾ ਵਾ, ਆਹ ਹੁਣੇ ਆ ਵੇਖਿਓ ਤੁਸੀਂ ਆਪਾਂ ਮੀਡੀਆ ਰਾਹੀਂ। ਹਾਂ ਇੱਕ ਗੱਲ ਆ ਕਿ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ ਇਲੈਕਸ਼ਨ ਦਾ, ਕਿ ਨਹੀਂ ਲੜਨੀ ਯਾਰ, ਨਹੀਂ ਲੜਨੀ, ਜਦੋਂ ਫੇਰ ਫਾਈਟ ਕਰਾਉਣਗੇ ਲੜਾਂਗੇ। ਬਿਲਕੁਲ ਜੀ, ਦੇਖਿਆ ਤੁਸੀਂ ਕਿ ਲੋਕਾਂ ਦੀਆਂ ਜਿਹੜੀਆਂ ਆਪਣੀਆਂ ਸ਼ਿਕਾਇਤਾਂ ਨੇ ਲੋਕਾਂ ਦੇ ਆਪਣੇ ਜਿਹੜੇ ਨੇ ਜਿਹੜੇ ਹੈਗੇ ਆ, ਲੋਕਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਉਹਨਾਂ ਦੇ ਇਲਾਕੇ ਹੀ ਜਿਹੜੇ ਆ ਉਹ ਪੂਰੇ ਇਸ ਵਕਤ ਕੱਟੇ ਜਾ ਰਹੇ ਆ। ਔਰ ਮੈਮ ਨਾਲ ਵੀ ਗੱਲਬਾਤ ਜਿਹੜੀ ਆ ਕਰ ਲੈਂਦੇ ਹਾਂ। ਹਾਂਜੀ ਮੈਮ, ਕੀ ਮੁਸ਼ਕਿਲ ਆ ਰਹੀ ਆ? ਉਹ ਜਿਹੜਾ ਸਾਹਿਬ ਪਹੁੰਚੀ ਆ ਅਤੇ ਲੋਕਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਆ ਮੈਡਮ, ਕਾਫੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਲੋਕਾਂ ਵੱਲੋਂ ਕਿ ਵੋਟਾਂ ਚੁੱਕੀਆਂ ਗਈਆਂ, ਵੋਟਾਂ ਉਲਟ ਪੁਲਟ ਕਰ ਦਿੱਤੀ ਗਈਆਂ, ਵਾਰ ਚੇਂਜ ਕਰ ਦਿੱਤੇ ਇਹ ਤੇ ਇੱਕ ਸਮਾਂ ਸੀ ਜਦੋਂ ਆਪਾਂ ਨਾ ਦਾਅਵੇ ਇਤਰਾਜ਼ ਲੈਣੇ ਸੀ ਇਹਨਾਂ ਦੇ, ਹੈ ਨਾ, ਜਿਹੜੇ ਸਾਡੇ ਕੋਲ ਦਾਅਵੇ ਇਤਰਾਜ਼ ਆਏ ਉਹਨਾਂ ਦੇ ਮੁਤਾਬਕ ਜਿਹੜੀਆਂ ਵੋਟਾਂ ਸਹੀ ਕੀਤੀਆਂ ਗਈਆਂ। ਉਸ ਤੋਂ ਇਲਾਵਾ ਜਿਹੜੇ ਅੱਜ ਦੀ ਡੇਟ 'ਚ ਸਾਡੇ ਕੋਲ ਆ ਰਹੇ ਉਹਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ। ਵੀਰ ਜੀ ਜਦੋਂ ਸਾਡੇ ਕੋਲ ਆਉਣਗੇ ਅਸੀਂ ਲਿਸਟਾਂ ਫੇਰ ਹੀ ਦੇਵਾਂਗੇ, ਅਸੀਂ ਘਰ ਥੋੜ੍ਹੀ ਦੇਣ ਜਵਾਬ। ਵੇਖੋ ਪਰਸੋਂ ਮੇਰੇ ਕੋਲ ਲਿਸਟ ਆਈ ਹੈ, ਜੇ ਉਹ 'ਚ ਕੋਈ ਕੱਟਿਆ ਗਿਆ ਮੈਨੂੰ ਕਿੱਦਾਂ ਪਤਾ ਲੱਗੂ? ਜੇ ਤੁਹਾਨੂੰ ਨਹੀਂ ਪਤਾ ਲੱਗੂ ਤੇ ਆਮ ਬੰਦੇ ਨੂੰ ਕਿੱਦਾਂ ਨੋਟੀਫਾਈ ਹੋਊਗਾ? ਉਹ ਮੈਨੂੰ ਕਿੱਦਾਂ ਪਤਾ ਲੱਗੂ ਇਹ ਕੱਟਿਆ ਗਿਆ? ਚਲੋ ਮੰਨ ਲਓ ਮੈਂ ਬਣਾਉਣਾ ਚਾਹੁੰਦਾ, ਇਹਨਾਂ ਕੋਲ ਕੀ ਹਾਲ ਹੈ ਮੇਰੀ ਵੋਟਾਂ ਦਾ? ਕੋਈ ਪਾਵਰ ਨਹੀਂ ਹੈਗੀ ਇਹਦੇ ਹਸਬੰਡ ਸਾਹਿਬ, ਜਿਸ ਤਰ੍ਹਾਂ ਉਹ ਕਹਿ ਰਹੇ ਕਿ ਲਿਸਟ ਕੱਲ ਮਿਲੀ ਹੈ, ਸਵੇਰੇ ਵੀ ਆਏ ਹੀ ਲਿਸਟ ਚੈੱਕ ਹੋ ਗਈ, ਫੇਰ ਹੀ ਇਤਰਾਜ਼ ਕਰੋ ਲਿਸਟ ਕੱਲ ਮਿਲੀ ਤੇ ਇਤਰਾਜ਼ ਅੱਜ ਕਰੋ। ਜਦੋਂ ਸਾਡੇ ਕੋਲ ਆਉਣਗੇ ਤੇ ਫੇਰ ਹੀ ਲਿਸਟ ਦੇਣੀ ਹੀ। ਪਰ ਲੱਗਦਾ ਕਿ ਤੇਰੇ ਕਿਤੇ ਕੁਤਾਈ ਵਰਤੀ ਗਈ ਤਾਂ ਹੀ ਇਹ ਮੁਸ਼ਕਿਲ ਆ ਰਹੀ ਹੈ। ਨਹੀਂ ਜੀ, ਕੋਈ ਕੁਤਾਈ ਨਹੀਂ ਵਰਤੀ। ਜਦੋਂ ਸਾਡੇ ਕੋਲ ਆ ਵੇਖੋ ਹੁਣ ਵੀ ਜਿਹੜੀਆਂ ਪਾਰਟੀਆਂ ਆਈਆਂ ਇਹ ਅੱਜ ਹੀ ਲਿਸਟਾਂ ਦੇ ਰਹੇ ਨੇ ਇਹਨਾਂ ਨੂੰ ਵੋਟ ਸੂਚੀ, ਪਰ ਹਲੇ ਵੀ ਕੋਈ ਸੈਕਟਰੀ ਨਹੀਂ ਕੁਰਸੀ ਤੇ ਬੈਠਾ। ਸੈਕਟਰੀ ਕੋਈ ਵੀ ਜ਼ਿੰਮੇਵਾਰ ਵੀਰ ਜੀ ਇਹ ਕਿਉਂਕਿ ਇਲੈਕਸ਼ਨ ਕਮਿਸ਼ਨ ਦੇ, ਹਾਂਜੀ SDM ਸਾਹਿਬ ਕੋਲ ਵੀਰ ਜੀ, SDM ਸਾਹਿਬ ਕੋਲੇ ਜਾਂਦੇ ਉਧਰੋਂ ਸਾਨੂੰ ਰਿਕੁਐਸਟ ਲੈਟਰ ਆਉਂਦਾ, ਫਿਰ ਅਸੀਂ ਇਹਨਾਂ ਦੀ ਵੋਟਰ ਸੂਚੀ ਜਿਹੜੀ ਕੁਰਸੀ ਤੇ ਬੈਠਾ ਜੀ। ਪਰ ਸੈਕਟਰੀ ਤੇ ਚਲੋ ਵੀਰ ਜੀ ਆ ਜਾਂਦੇ, ਉਹਨਾਂ ਦੀਆਂ ਡਿਊਟੀਆਂ ਡਿਊਟੀਆਂ ਲੱਗੀਆਂ, ਕੋਈ ਉਧਰ ਗਿਆ ਕੋਈ ਉਧਰ ਗਿਆ। ਹਾਂ ਕੋਈ ਗੱਲ ਨਹੀਂ, ਸੈਕਟਰੀ ਆ ਜਾਂਦੇ, ਜਿਨ੍ਹਾਂ ਨੇ ਰਸੀਦਾਂ ਲੈਣੀਆਂ ਦੇ ਕੇ ਦੇਵਾਂਗੇ। ਠੀਕ ਹੈ, ਬਿਲਕੁਲ ਜੀ। ਸੁਣਿਆ ਤੁਸੀਂ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਇਸ ਵਕਤ ਇੱਥੇ ਜਿਹੜੇ ਲੋਕ ਨੇ ਉਹ ਖੱਚਲ ਹੋ ਰਹੇ ਨੇ। ਔਰ ਜੇਕਰ ਗੱਲ ਕਰੀਏ ਤਾਂ ਇਸ ਵਕਤ MP ਗੁਰਜੀਤ ਔਜਲਾ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਉਹ ਬਾਹਰੋਂ ਜਿਹੜਾ ਨਹੀਂ ਉੱਠਣਗੇ ਧਰਨੇ ਤੋਂ ਜਦੋਂ ਤੱਕ ਜਿਹੜੇ ਆ ਜਿਹੜੀਆਂ ਇਹ ਸਮੱਸਿਆਵਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਉਹ ਹੱਲ ਨਹੀਂ ਕਰ ਦਿੱਤੀਆਂ ਜਾਂਦੀਆਂ। ਤਸਵੀਰਾਂ ਅੰਦਰ ਦੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਬਾਹਰ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੈਂਬਰ ਪੰਚਾਇਤ ਜਾਂ ਸਰਪੰਚ ਜਿਹੜੇ ਆਪਣੇ ਭਰਨ ਆਏ ਨੇ ਕਾਗਜ਼, ਕਾਫੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਿਤੇ ਨਾ ਕਿਤੇ ਕਰਨਾ ਪੈ ਰਿਹਾ। ਗੁਰਜੀਤ ਔਜਲਾ ਇੱਥੇ ਪਹੁੰਚੇ ਹੋਏ ਨੇ। ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਜਦੋਂ ਤੱਕ ਜਿਹੜੀਆਂ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦਾ ਹੱਲ ਜਿਹੜਾ ਨਹੀਂ ਹੁੰਦਾ ਉਦੋਂ ਤੱਕ ਉਹ ਇੱਥੋਂ ਦਫ਼ਤਰ ਤੋਂ ਬਾਹਰ ਨਹੀਂ ਉੱਠਣਗੇ। ਸਭ ਤੋਂ ਵੱਡੀ ਗੱਲ ਕਿ ਕੋਈ ਪੰਚਾਇਤ ਸੈਕਟਰੀ ਜਿਹੜਾ ਆਪਣੀ ਸੀਟ 'ਤੇ ਇਸ ਵਕਤ ਨਜ਼ਰ ਨਹੀਂ ਆ ਰਿਹਾ।
ਗੱਲਬਾਤ ਵੀ ਕਰਦੇ ਹਾਂ। ਲੋਕ ਤੰਤਰ ਨੂੰ ਬਹਾਲ ਕਰਨ ਵਾਸਤੇ ਇਹ ਇਲੈਕਸ਼ਨ ਹੋ ਰਹੀ ਹੈ, ਔਰ ਸਭ ਤੋਂ ਜਿਹੜੀ ਕਹਿੰਦੇ ਕਿ ਪ੍ਰਮੁੱਖ ਇਲੈਕਸ਼ਨ ਹੈ ਸਰਪੰਚ ਦੀ ਹੋਈ, ਮੈਂਬਰ ਪੰਚਾਇਤ ਦੀ ਹੋਈ, ਸਭ ਤੋਂ ਛੋਟੀ ਇਲੈਕਸ਼ਨ ਹੈ ਲੋਕਤੰਤਰ ਦੇ ਵਿੱਚ, ਇਹਦਾ ਪ੍ਰਭਾਵ ਸਭ ਤੋਂ ਵੱਡਾ ਆ ਕਿ ਜੇ ਲੋਕਤੰਤਰ ਇੱਥੇ ਠੀਕ ਆ ਇਹਦਾ ਮਤਲਬ ਸਾਰਾ ਕੁਝ ਠੀਕ ਹੈ। ਕੀ ਲੱਗਦਾ ਪਾਰਦਰਸ਼ਤਾ ਰਹੇਗੀ ਚੋਣਾਂ ਦੇ ਵਿੱਚ? ਮੈਨੂੰ ਨਹੀਂ ਲੱਗਦਾ, ਔਰ ਤੁਹਾਡੇ ਸਾਹਮਣੇ ਪਾਰਦਰਸ਼ਤਾ ਹੈ। ਇੱਥੇ ਤਾਂ ਸਵੇਰੇ 10 ਵਜੇ ਦਾ ਟਾਈਮ ਸੀ, 9 ਵਜੇ ਬੰਦੇ ਹਾਜ਼ਰ ਹੋਣੇ ਚਾਹੀਦੇ, ਸੈਕਟਰੀ ਬਹਿੰਦੇ, ਦੱਸੋ ਜੀ ਕਿਹੜੇ ਕਿਹੜੀ ਚੀਜ਼ ਚਾਹੀਦੀ ਹੈ। ਹਾਂ, ਜਿਹੜੀ ਕੋਈ ਚੀਜ਼ ਤੁਹਾਡੇ ਦਾਇਰੇ 'ਚ ਨਹੀਂ ਹੈਗੀ ਤੁਸੀਂ ਲੈ ਕੇ ਨੋਟਿਸ 'ਤੇ ਲਾਓ, ਤਾਂ ਕਿ ਸਾਨੂੰ ਰਿਟਰਨ ਤੁਹਾਡਾ ਮਿਲੇ ਵੀ ਆਹ ਚੀਜ਼ਾਂ ਅਸੀਂ ਵੋਟਾਂ ਨਹੀਂ ਬਣਾਉਣੀਆਂ ਜੀ, ਅਸੀਂ ਆਹ ਨਹੀਂ ਕਰਨਾ ਜੀ, ਲਾ ਦਿਓ ਲਿਖ ਕੇ ਤਾਂ ਕਿ ਲੋਕ ਪੜ੍ਹ ਲੈਣ। ਜੇ ਲੋਕਾਂ ਨੂੰ ਲੱਗੂਗਾ ਸਾਡੇ ਅਧਿਕਾਰਾਂ 'ਤੇ ਕੋਈ ਤੁਸੀਂ ਗਲਤ ਕੀਤਾ ਹੈ, ਸਾਨੂੰ ਰਾਈਟ ਨਹੀਂ ਮਿਲ ਰਹੇ, ਲੋਕ ਜਾ ਕੇ ਆਪੇ ਕੋਰਟ 'ਚੋਂ ਸਹਾਰਾ ਲੈ ਲੈਣਗੇ, ਤੇ ਜੇ ਤੁਸੀਂ ਸਹੀ ਹੋਗੇ ਤੇ ਲੋਕ ਆਪੇ ਵਾਪਸ ਮੁੜ ਜਾਣਗੇ, ਜੇ ਲੋਕ ਗਲਤ ਹੋਣਗੇ ਵੋਟਾਂ ਵੱਡੀ ਗਿਣਤੀ 'ਚ ਕੱਟ ਦਿੱਤੇਗੇ ਇਹ ਇਲਾਕੇ ਜਿਹੜੇ ਉਹ ਪੂਰੇ ਪੱਧਰ ਬਹੁਤ ਵੱਡੀ ਗਿਣਤੀ ਦੇ ਵਿੱਚ ਗਲਤ ਵੋਟਾਂ ਬਣਾ ਰਹੇ ਨੇ, ਜਿਹੜੇ ਜਿਨ੍ਹਾਂ ਦਾ ਫੋਨ ਆ ਜਾਂਦਾ MLA ਦਾ ਉਹਨਾਂ ਦੀਆਂ ਵੋਟਾਂ ਬਣਨੀਆਂ ਨੇ, ਉਹਨਾਂ ਦੀਆਂ ਹੁਣ ਵੀ ਬਣੀਆਂ ਨੇ, 42 ਵੋਟਾਂ ਇੱਕ ਪੰਚਾਇਤ ਦੀਆਂ ਹੁਣ ਵੀ ਬਣੀਆਂ, ਤੇ ਕਈ ਬੰਦੇ ਜਿਹੜੇ ਪਿਛਲੇ 2 ਹਫ਼ਤਿਆਂ ਤੋਂ ਲੱਗੇ ਕਿ ਸਾਡੀਆਂ ਵੋਟਾਂ ਗਲਤ ਤਰੀਕੇ ਨਾਲ ਕੱਟੀਆਂ ਗਈਆਂ, ਅਸੀਂ MP ਦੀਆਂ ਵੋਟਾਂ ਵੀ ਪਾਈਆਂ, ਆ ਸਾਡੇ ਵੋਟਰ ਕਾਰਡ ਆ, ਅਸੀਂ ਜਨਮ 2-3 ਪੀੜ੍ਹੀਆਂ ਤੋਂ ਇਸੇ ਪਿੰਡ 'ਚ ਰਹਿ ਰਹੇ ਹਾਂ, ਪਰ ਉਹਨਾਂ ਦੀ ਵੋਟਾਂ ਹੀ ਇੰਨੀ ਕੋਈ ਪੁੱਛਣ ਵਾਲੀ ਹੀ ਇੰਨੀ ਕੁ ਵੀ ਕਹਾਂ ਵੀ ਕੋਈ ਗਲਤ ਹੋਇਆ ਲਿਆਓ ਦੱਸੋ ਕੀ ਕਰਨਾ, ਕੋਈ ਬਹਿਣ ਨੂੰ ਤਿਆਰ ਨਹੀਂ ਗਾ ਆਪਣੀ ਸੀਟਾਂ 'ਤੇ। ਸੋ ਇਹ ਡਾਇਰੈਕਸ਼ਨ ਕਿਹਦੀ ਹੈ? ਮੇਰੀ ਇਲੈਕਸ਼ਨ ਕਮਿਸ਼ਨ, ਚੋਣ ਕਮਿਸ਼ਨ ਨੂੰ ਇੱਕੋ ਬੇਨਤੀ ਹੈ, ਚੋਣ ਕਮਿਸ਼ਨ ਅੰਮ੍ਰਿਤਸਰ ਦੀ ਇਲੈਕਸ਼ਨ 'ਚ ਇੰਟਰਫੇਅਰ ਕਰੇ, ਇਹਦੇ ਜਿੰਨੇ ਵੀ ਬਲੋਕ ਨੇ, ਚਾਹੇ ਮਜੀਠਾ ਆ, ਵੇਰਕਾ ਆ, ਅਟਾਰੀ ਆ, ਚਗਾਵਾਂ ਆ, ਹਰਸ਼ਾ ਸੀਨਾ ਆ, ਅਜਨਾਲਾ ਆ, ਜਿੰਨੇ ਵੀ ਬਲੋਕ ਨੇ, ਤਰਸਿੱਕਾ ਆ, ਜੰਡਿਆਲਾ ਆ, ਇਹਨਾਂ ਨੂੰ ਆ ਕੇ ਚੈੱਕ ਕਰੋ ਤੁਹਾਡਾ ਜਿਹੜਾ ਤੰਤਰ ਹੈ ਇਲੈਕਸ਼ਨ ਚੋਣ ਕਮਿਸ਼ਨ ਦਾ, ਜਿਨ੍ਹਾਂ ਦੇ ਸਿਰ 'ਤੇ ਤੁਸੀਂ ਇਲੈਕਸ਼ਨ ਕਰਾਉਣਾ ਚਾਹੁੰਦੇ, ਪਾਰਦਰਸ਼ਤਾ ਉਹ ਬਿਲਕੁਲ ਪਿੱਠ ਕਰਕੇ ਖੜੇ ਨੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਵਿਰੁੱਧ। ਪੰਜਾਬ ਸਰਕਾਰ ਦੇ ਨੇ, ਅੰਡਰ ਨੇ ਉਹਨਾਂ ਦਾ ਚੱਲ ਰਿਹਾ, ਪਤਾ 20 ਦਿਨ ਬਾਅਦ ਇਲੈਕਸ਼ਨ ਚੋਣ ਕਮਿਸ਼ਨ ਦਾ ਮੁੱਕ ਜਾਣਾ, ਤੇ ਉਹ ਤੋਂ ਬਾਅਦ ਅਸੀਂ ਫਿਰ ਇੱਥੇ ਰਹਿਣਾ, ਉਹ ਆਪਣੇ ਭਵਿੱਖ ਦੀ ਗੱਲ ਕਰ ਰਹੇ ਨੇ। ਸੈਕਟਰੀ ਵਗੈਰਾ ਆਪਣੀ ਸੀਟ 'ਤੇ ਨਹੀਂ ਹੈਗੇ, ਸਾਰਾ ਕੁਝ ਹੈ, ਫਿਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੌਣ ਕਰੂਗਾ ਇੱਥੇ? ਇਹ ਦੋਨਾਂ ਨੂੰ ਪੁੱਛਣ ਲਈ ਮੈਂ ਇਸੇ ਘਰ 'ਤੇ ਬਹਿ ਆ ਵੀ ਦੱਸੋ ਹੁਣ ਕਿੱਧਰ ਜਾਈਏ, ਅਜੇ ਕੋਈ ਪੰਜਾਬ ਸਰਕਾਰ ਦੀ ਗੱਲ ਨਹੀਂ, ਇਹਦੇ ਇਲੈਕਸ਼ਨ ਕਮਿਸ਼ਨ ਹੈ, ਚੋਣ ਕਮਿਸ਼ਨ ਲੱਗਾ ਇਸ ਵੇਲੇ ਜੀ, ਇਸ ਵੇਲੇ ਕੋਡ ਆਫ ਕੰਡਕਟ ਲੱਗਾ ਆ, ਉਹਦੇ ਵਿੱਚ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨ ਰਹੇ, ਕਿਉਂ? ਇਹੀ ਪੁੱਛਣ ਇਹਨਾਂ ਨੂੰ ਆਏ ਇੱਥੇ ਵੇਰਕਾ ਬਲੋਕ 'ਚ ਖੜੇ ਹਾਂ। ਬਿਲਕੁਲ ਜੀ, ਦੇਖਿਆ ਤੁਸੀਂ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ, ਤਾਂ ਵੱਡੀ ਗਿਣਤੀ ਦੇ ਵਿੱਚ ਵੋਟਾਂ ਜਿਹੜੀਆਂ ਲੋਕਾਂ ਦੀਆਂ ਕੱਢ ਦਿੱਤੀਆਂ ਗਈਆਂ ਨੇ, ਔਰ ਦੂਸਰੇ ਪਾਸੇ ਕਈ ਇਲਾਕੇ ਦੇ ਵੋਟਾਂ ਦੇ ਇੱਕ ਪਾਸੇ ਜਿਹੜੇ ਪੂਰਾ ਇਲਾਕਾ ਹੀ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ, ਵੱਡੀਆਂ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ, ਔਰ ਇਲਜ਼ਾਮ ਜਿਹੜੇ ਲੱਗ ਰਹੇ ਨੇ ਕਿ ਕੋਈ ਪੰਚਾਇਤ ਸੈਕਟਰੀ ਆਪਣੀ ਸੀਟ 'ਤੇ ਨਹੀਂ ਹੈ ਜਿਸ ਦੇ ਕੋਲ ਆ ਕੇ ਉਹ ਆਪਣੀ ਜਿਹੜੀ ਹੈ ਉਹ ਰਿਕੁਐਸਟ ਜਿਹੜੀ ਉਹ ਕਰ ਸਕਣ, ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ MP ਗੁਰਜੀਤ ਔਜਲਾ ਇੱਥੇ ਪਹੁੰਚੇ ਹੋਏ ਨੇ, ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਦਿੱਤਾ ਜਾਂਦਾ ਉਦੋਂ ਤੱਕ ਉਹ ਇਸ ਦਫ਼ਤਰ ਤੋਂ ਬਾਹਰ ਜਿਹੜਾ ਉਹ ਨਹੀਂ ਜਾਣਗੇ। ਸਰਵਿਸ ਸਿੰਘ ਰਧਾਵਾ, ਸਪੋਕਸਮੈਨ TV ਲਈ, ਕੈਮਰਾਮੈਨ ਸਾਥੀ ਦੀਪਕ ਬਜਾਜ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ।